ਇਹ ਕਿਰਿਆ ਰਾਤ ਦੇ ਸਮੇਂ ਜਾਂ ਇੱਕ ਹਨੇਰੇ ਕਮਰੇ ਵਿੱਚ ਕੀਤੀ ਜਾਣੀ ਚਾਹੀਦੀ ਹੈ। ਆਪਣੇ ਕਿਸੇ ਮਿੱਤਰ ਨੂੰ ਕਹੋ ਕਿ ਉਹ ਇੱਕ ਹੱਥ ਵਿੱਚ ਦਰਪਣ ਲੈ ਕੇ ਕਮਰੇ ਵਿੱਚ ਇੱਕ ਕੋਨੇ ਤੇ ਖੜਾ ਹੋ ਜਾਵੇ। ਇੱਕ ਹੱਥ ਵਿੱਚ ਟਾਰਚ ਲੈ ਕੇ ਤੁਸੀਂ ਕਮਰੇ ਦੇ ਦੂਜੇ ਕੋਨੇ ਵਿੱਚ ਖੜੇ ਹੋ ਜਾਓ। ਟਾਰਚ ਦੇ ਕੱਚ ਨੂੰ ਆਪਣੀ ਉਂਗਲੀਆਂ ਨਾਲ ਢੱਕ ਲਓ ਅਤੇ ਟਾਰਚ ਨੂੰ ਜਗਾਓ। ਕਿਰਨ ਪੁੰਜ ਪ੍ਰਾਪਤ ਕਰਨ ਲਈ ਆਪਣੀ ਉਂਗਲੀਆਂ ਵਿੱਚੋਂ ਕੁਝ ਜਗ੍ਹਾ ਛੱਡੋ। ਪ੍ਰਕਾਸ਼ ਪੁੰਜ ਨੂੰ ਆਪਣੇ ਮਿੱਤਰ ਦੇ ਦੁਆਰਾ ਪਕੜੇ ਹੋਏ ਦਰਪਣ ਉੱਤੇ ਪਾਓ। ਕੀ ਤੁਸੀਂ ਦੂਜੇ ਪਾਸੇ ਪ੍ਰਕਾਸ਼ ਦਾ ਧੱਬਾ ਦੇਖਦੇ ਹੋ? ਹੁਣ ਟਾਰਚ ਦੀ ਦਿਸ਼ਾ ਇਸ ਤਰ੍ਹਾਂ ਸੈੱਟ ਕਰੋ ਕਿ ਪ੍ਰਕਾਸ਼ ਦਾ ਧੱਬਾ ਕਮਰੇ ਵਿੱਚ ਖੜੇ ਕਿਸੇ ਦੂਸਰੇ ਮਿੱਤਰ ਉੱਤੇ ਪਵੇ। ਇਹ ਕਿਰਿਆ ਦੱਸਦੀ ਹੈ ਕਿ ਦਰਪਣ ਆਪਣੇ ਉੱਪਰ ਪੈਣ ਵਾਲੇ ਪ੍ਰਕਾਸ਼ ਦੀ ਦਿਸ਼ਾ ਨੂੰ ਬਦਲ ਦਿੰਦਾ ਹੈ। ਇੱਥੇ ਉਪਰੋਕਤ ਕਿਰਿਆ ਇਹ ਦੱਸਦੀ ਹੈ ਕਿ ਪ੍ਰਕਾਸ਼ ਸਰਲ ਰੇਖਾ ਦੀ ਦਿਸ਼ਾ ਅਨੁਸਾਰ ਚੱਲਦਾ ਹੋਇਆ ਦਰਪਣ ਤੋਂ ਪ੍ਰਵਰਤਿਤ ਹੋ ਜਾਂਦਾ ਹੈ।